ਦਿੱਤਾ। ਜਾਅਲੀ ਪਾਸਪੋਰਟ ਤੇ ਵਿਦੇਸ਼ ਭੱਜਣ ਦੀ ਫਿਰਾਕ ਦੇ ਵਿੱਚ ਮੁਲਜ਼ਮ ਸੀ। 23 ਦਸੰਬਰ ਨੂੰ ਬਲਵਿੰਦਰ ਸਿੰਘ ਨਾਂ ਦੇ ਸ਼ਖਸ ਦਾ ਕਤਲ ਕੀਤਾ ਗਿਆ ਸੀ। ਜਾਅਲੀ ਪਾਸਪੋਰਟ ਬਣਾਉਣ ਦੇ ਵਿੱਚ ਪੁਲਿਸ ਮੁਲਾਜ਼ਮ ਨੇ ਮਦਦ ਕੀਤੀ ਸੀ, ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਹੈ। ਮੁਲਜ਼ਮ ਪੁਲਿਸ ਕਰਮੀ ਜਸਮੀਤ ਸਿੰਘ ਵੀ ਗ੍ਰਿਫਤਾਰ ਕੀਤਾ ਗਿਆ। ਅੰਮ੍ਰਿਤਸਰ ਦੇ ਵਿੱਚ ਪੁਲਿਸ ਸੇਵਾ ਕੇਂਦਰ ਦੇ ਵਿੱਚ ਜਸਮੀਤ ਸਿੰਘ ਤੈਨਾਤ ਹੈ। ਤੁਹਾਨੂੰ ਦੱਸ ਦਈਏ ਕਿ ਕਤਲ ਦੀ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ ਸੀ ਜਦੋਂ ਪਾਸਪੁਰ ਪਿੰਡ ਦੇ ਵਿੱਚ ਕਿਸੇ ਦੇ ਘਰ ਦੇ ਵਿੱਚ ਈਸਾਈ ਭਾਈਚਾਰੇ ਦਾ ਧਾਰਮਿਕ ਸਮਾਗਮ ਹੋ ਰਿਹਾ ਸੀ। ਪ੍ਰੋਗਰਾਮ ਨੂੰ ਜ਼ਬਰਨ ਬੰਦ ਕਰਾਉਣ ਦੇ ਲਈ ਕੁਝ ਨੌਜਵਾਨ ਆਏ ਜਿਨ੍ਹਾਂ ਦਾ ਬਲਵਿੰਦਰ ਸਿੰਘ ਹੋਰਾਂ ਨੇ ਵਿਰੋਧ ਕੀਤਾ ਤਾਂ ਨੌਜਵਾਨਾਂ ਨੇ ਫਾਇਰਿੰਗ ਕਰਕੇ ਬਲਵਿੰਦਰ ਸਿੰਘ ਦਾ ਕਤਲ ਕਰ ਦਿੱਤਾ। ਇਸ ਦੌਰਾਨ ਦੋ ਲੋਕ ਗੰਭੀਰ ਜ਼ਖਮੀ ਵੀ ਹੋਏ ਸਨ ਤੇ ਕਤਲ ਦੀ ਵਾਰਦਾਤ ਦੇ ਵਿੱਚ ਸ਼ਾਮਿਲ ਸ਼ਖਸ ਵਿਦੇਸ਼ ਭੱਜਣ ਦੀ ਫਿਰਾਕ ਵਿੱਚ ਸੀ। ਜਾਅਲੀ ਪਾਸਪੋਰਟ ਦੇ ਸਾਰੇ ਔਰ ਜਾਅਲੀ ਪਾਸਪੋਰਟ ਬਣਾਉਣ ਦੇ ਵਿੱਚ ਉਸਦੀ ਮਦਦ ਕੀਤੀ ਜਸਮੀਤ ਸਿੰਘ ਨਾਂ ਦੇ ਪੁਲਿਸ ਮੁਲਾਜ਼ਮ ਨੇ। ਮਨਪ੍ਰੀਤ ਮੰਨਾ ਦੀ ਮਦਦ ਕੀਤੀ ਜਸਮੀਤ ਸਿੰਘ ਨਾਂ ਦੇ ਪੁਲਿਸ ਮੁਲਾਜ਼ਮ ਨੇ। ਜਸਮੀਤ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਜਸਮੀਤ ਪਾਸਪੋਰਟ ਸੇਵਾ ਕੇਂਦਰ ਦੇ ਵਿੱਚ ਤੈਨਾਤ ਹੈ। ਪੁਲਿਸ ਮੁਲਾਜ਼ਮ ਜਿਹੜਾ ਜਸਮੀਤ ਸਿੰਘ ਹੈ ਪੁਲਿਸ ਸੇਵਾ ਕੇਂਦਰ ਦੇ ਵਿੱਚ ਤੈਨਾਤ ਹੈ। ਤੁਹਾਨੂੰ ਦੱਸੀਏ ਅੰਮ੍ਰਿਤਸਰ ਦੇ ਵਿੱਚ ਪੁਲਿਸ ਸੇਵਾ ਕੇਂਦਰ ਦੇ ਵਿੱਚ ਜਸਮੀਤ ਸਿੰਘ ਤੈਨਾਤ ਸੀ ਔਰ ਉਸਨੇ ਮਦਦ ਕੀਤੀ ਸੀ ਜਾਅਲੀ ਪਾਸਪੋਰਟ ਬਣਵਾਉਣ ਦੇ ਵਿੱਚ ਮਨਪ੍ਰੀਤ ਮੰਨਾ ਦੀ। ਪਰ ਮਨਪ੍ਰੀਤ ਮੰਨਾ ਇਸ ਜਾਅਲੀ ਪਾਸਪੋਰਟ ਦੇ ਰਾਹੀਂ ਵਿਦੇਸ਼ ਭੱਜ ਪਾਉਂਦਾ। ਉਸ ਤੋਂ ਪਹਿਲਾਂ ਹੀ ਦਿੱਲੀ ਏਅਰਪੋਰਟ 'ਤੇ ਪੁਲਿਸ ਨੇ ਉਸਨੂੰ ਕਾਬੂ ਕਰ ਲਿਆ। ਇੱਕ ਗਿਰੋਹ ਬਣਿਆ ਹੋਇਆ ਜਿਹੜੇ ਕਿ ਅੰਮ੍ਰਿਤਸਰ ਤਰਨ ਤਾਰਨ ਦੇ ਵਿੱਚ ਐਂਟੀ ਸੋਸ਼ਲ ਐਲੀਮੈਂਟਸ ਦੇ ਜਾਅਲੀ ਕਾਗਜ਼ ਤਿਆਰ ਕਰਕੇ ਅਤੇ ਉਹਨਾਂ ਦੇ ਪਾਸਪੋਰਟ ਤਿਆਰ ਕਰ ਦਿੰਦੇ ਔਰ ਉਹਨਾਂ ਨੂੰ ਪੁਲਿਸ ਦੀ ਗ੍ਰਿਫਤ ਤੋਂ ਭਜਾਉਣ ਵਾਸਤੇ ਉਹਨਾਂ ਨੂੰ ਬਾਹਰ ਭਜਾ ਦਿੰਦੇ ਆ। ਔਨ ਦਾ ਬੇਸਿਸ ਆਫ ਦੈਟ ਸੀਕ੍ਰੇਟ ਇਨਫੋਰਮੇਸ਼ਨ ਇਹਨਾਂ ਨੇ ਮੁਕੱਦਮਾ ਦਰਜ ਕੀਤਾ ਔਰ ਉਹ ਮੁਕੱਦਮਾ ਦਰਜ ਕਰਕੇ ਅਤੇ ਉਸ ਮੁਕੱਦਮੇ ਦੇ ਵਿੱਚ ਅਸੀਂ ਇੱਕ ਹੈੱਡ ਕੋਂਸਟੇਬਲ ਜਸਮੀਤ ਸਿੰਘ ਅਰੈਸਟ ਕੀਤਾ ਜਿਹੜਾ ਕਿ ਸਦਰ ਕੰਟੋਨਮੈਂਟ ਸਾਂਝ ਕੇਂਦਰ ਦੇ ਵਿੱਚ ਐਜ਼ ਆ ਪੀ ਬੀ ਓ ਪੋਸਟਡ ਹੈਗਾ। ਅਤੇ ਹੁਣ ਡਿਊਰਿੰਗ ਇੰਟੈਰੋਗੇਸ਼ਨ ਇਹੀ ਰਿਵੀਲ ਹੋਇਆ ਕਿ ਉਸ ਵਿਅਕਤੀ ਨੇ ਮਨਪ੍ਰੀਤ ਸਿੰਘ ਦਾ ਜਿਹੜਾ ਪਾਸਪੋਰਟ ਹੈ ਉਹ ਅੰਮ੍ਰਿਤਸਰ ਦੇ ਵਿੱਚ ਜਾਅਲੀ ਵੈਰੀਫਿਕੇਸ਼ਨ ਕੀਤੀ ਸੀਗੀ। ਉਹ ਅਸੀਂ ਸਾਰਾ ਰਿਕਾਰਡ ਜਿਹੜਾ ਖੰਗਾਲ ਰਹੇ। ਮੇਰੇ ਸਹਿਯੋਗੀ ਸਿਧਾਰਥ ਅਰੋੜਾ ਇਸ ਵੇਲੇ ਫੋਨ ਲਾਈਨ ਤੇ ਮੌਜੂਦ ਨੇ। ਸਿਧਾਰਥ, ਮਨਪ੍ਰੀਤ ਮੰਨਾ ਦੀ ਮਦਦ ਕਰਨ ਵਾਲਾ ਪੁਲਿਸ ਮੁਲਾਜ਼ਮ ਨਿਕਲਦਾ ਜਿਹੜਾ ਪੁਲਿਸ ਸੇਵਾ ਕੇਂਦਰ ਵਿੱਚ ਤੈਨਾਤ ਸੀ, ਕਿਸ ਤਰੀਕੇ ਦੀ ਮਦਦ ਕੀਤੀ ਸੀ ਔਰ ਮਨਪ੍ਰੀਤ ਮੰਨਾ ਦੇ ਬਾਰੇ ਕੀ ਕੁਝ ਹੋਰ ਇਨਫੋਰਮੇਸ਼ਨ ਮਿਲ ਰਹੀ ਹੈ? ਬਿਲਕੁਲ ਜੀ, ਮੈਂ ਦੱਸਣਾ ਚਾਹਾਂਗਾ ਕਿ ਜਿਹੜੀ ਇਹ ਪੁਲਿਸ ਨੂੰ ਇੱਕ ਵੱਡੀ ਸਫਲਤਾ ਲੱਗੀ ਹੈ। ਸੀਏਏ ਸਟਾਫ ਔਰ ਸਦਰ ਦੀ ਪੁਲਿਸ ਨੇ ਇੱਕ ਜਿਹੜਾ ਮਨਪ੍ਰੀਤ ਮੰਨਾ ਜਿਹੜਾ ਹੈ ਨਾਮ ਦਾ ਜਿਹੜਾ ਦੱਸਿਆ ਜਾ ਰਿਹਾ ਕਿ ਬੈਟ ਐਲੀਮੈਂਟ ਜਿਹੜਾ ਵਿਅਕਤੀ ਹੈ ਇਸਨੂੰ ਗ੍ਰਿਫਤਾਰ ਕੀਤਾ, ਹਾਲਾਂਕਿ ਇਸਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਸਦਾ ਇਹ ਬਾਹਰ ਭੱਜਣ ਦੀ ਫਰਾਕ ਦੇ ਵਿੱਚ ਵੀ ਇਹ ਵੀ ਦੱਸਿਆ ਜਾ ਰਿਹਾ ਕਿ ਦੁਬਈ ਭੱਜਣ ਦੀ ਫਰਾਕ ਦੇ ਵਿੱਚ ਸੀ। ਇਹ ਖਵਾਸਪੁਰ ਦੇ ਵਿੱਚ 23 ਦਸੰਬਰ 2023 ਨੂੰ ਕਤਲ ਹੁੰਦਾ ਹੈ ਜਿਸ ਦੇ ਵਿੱਚ ਇਹ ਲੋੜੀਂਦਾ ਸੀ ਔਰ ਇਸ ਤੋਂ ਪਹਿਲਾਂ ਵੀ ਕਈ ਕੇਸ ਜਿਹੜੇ ਨੇ ਰਜਿਸਟਰਡ ਨੇ, 307 ਦੇ ਮੁਕੱਦਮੇ ਟਾਈਪ ਇਸ ਦੇ ਰਜਿਸਟਰਡ ਨੇ। ਔਰ ਜੇ ਗੱਲ ਕੀਤੀ ਜਾਵੇ ਤਾਂ ਇਸ ਦੀ ਮਦਦ ਕਰਨ ਦੇ ਲਈ ਇੱਕ ਪੁਲਿਸ ਮੁਲਾਜ਼ਮ ਨੂੰ ਵੀ ਜਿਹੜਾ ਗ੍ਰਿਫਤਾਰ ਕੀਤਾ ਗਿਆ ਜੋ ਕਿ ਪਾਸਪੋਰਟ ਦੀ ਗਲਤ ਵੈਰੀਫਿਕੇਸ਼ਨ ਬਣਾ ਕੇ ਲੋਕ ਜਿਹੜੇ ਇਹੋ ਜਿਹੇ ਐਲੀਮੈਂਟਸ ਕੰਮ ਕਰਨ ਵਾਲੇ ਵਿਅਕਤੀ ਨੇ ਜਿਹੜੇ ਗਲਤ ਕੰਮ ਕਰਨ ਵਾਲੇ ਵਿਅਕਤੀ ਨੇ ਉਹਨਾਂ ਦੇ ਪਾਸਪੋਰਟ ਵਗੈਰਾ ਤਿਆਰ ਕਰਦਾ ਸੀ ਔਰ ਬਾਹਰ ਭੇਜਣ ਦੇ ਵਿੱਚ ਮਦਦ ਕਰਦਾ ਸੀ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ, ਉਸਨੂੰ ਵੀ ਜਿਹੜਾ ਹੈ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਫਿਲਹਾਲ ਦੋਨਾਂ ਕੋਲੋਂ ਪੁੱਛਗਿੱਛ ਜਾਰੀ ਹੈ ਔਰ ਪੀਏ ਔਰ ਥਾਣਾ ਸਦਰ ਦੀ ਪੁਲਿਸ ਦੀ ਟੀਮ ਵੱਲੋਂ ਇਸ ਤੋਂ ਦਿੱਲੀ ਏਅਰਪੋਰਟ ਤੋਂ ਮੰਨੇ ਨੂੰ ਜਦ ਫੜਿਆ ਗਿਆ ਤਾਂ ਉਸ ਤੋਂ ਪੁੱਛਗਿੱਛ ਦੌਰਾਨ ਜਿਹੜਾ ਹੈ ਅਗਲੀ ਕੜੀ ਜਦੋਂ ਜੁੜੀ ਹੈ ਤਾਂ ਜਿਹੜੇ ਪਾਸਪੋਰਟ ਕਿਸ ਤਰੀਕੇ ਨਾਲ ਬਣਾਇਆ ਗਿਆ ਉਸਦੀ ਕੜੀ ਜੁੜੀ ਤਾਂ ਇਹ ਪੁਲਿਸ ਮੁਲਾਜ਼ਮ ਵਿਅਕਤੀ ਨੂੰ ਜਿਹੜਾ ਹੈ ਗ੍ਰਿਫਤਾਰ ਜਿਹੜਾ ਪੁਲਿਸ ਨੇ ਅੰਮ੍ਰਿਤਸਰ ਤੋਂ ਕੀਤਾ ਹੈ। ਜੀ ਜੀ, ਬਹੁਤ ਸ਼ੁਕਰੀਆ ਸਿਧਾਰਥ ਇਸ ਤਮਾਮ ਜਾਣਕਾਰੀ ਦੇ ਲਈ। ਸੋ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਪੁਲਿਸ ਮੁਲਾਜ਼ਮ ਨੂੰ ਵੀ ਮਨਪ੍ਰੀਤ ਮੰਨਾ ਦੀ ਮਦਦ ਕਰਨ ਦੇ ਮਾਮਲੇ ਦੇ ਵਿੱਚ। ਜਸਮੀਤ ਸਿੰਘ ਪੁਲਿਸ ਮੁਲਾਜ਼ਮ ਔਰ
ਗਲਤ ਤਰੀਕੇ ਨਾਲ ਪੁਲਿਸ ਵੈਰੀਫਿਕੇਸ਼ਨ ਜਿਹੜਾ ਹੈਗਾ ਉਹ ਕਰਕੇ ਜਾਂਦਾ ਸੀ। ਤੁਹਾਨੂੰ ਦੱਸੀਏ ਕਿ ਪਾਸਪੋਰਟ ਬਣਵਾਉਣ ਦੇ ਲਈ ਪੁਲਿਸ ਵੈਰੀਫਿਕੇਸ਼ਨ ਦਾ ਜਿਹੜਾ ਪ੍ਰੋਸੈਸ ਹੁੰਦਾ ਉਸ ਦੇ ਵਿੱਚ ਅਹਿਮ ਭੂਮਿਕਾ ਸੀਗੀ ਜਸਮੀਤ ਸਿੰਘ ਦੀ। ਫਰਜ਼ੀ ਪੁਲਿਸ ਵੈਰੀਫਿਕੇਸ਼ਨ ਬਣਾ ਕੇ ਇਹਨਾਂ ਲੋਕਾਂ ਨੂੰ ਦਿੰਦਾ ਸੀ ਪਾਸਪੋਰਟ ਬਣਵਾਉਣ ਦੇ ਲਈ।